ਕਰ ਦੇਣੀ ਔਰ ਉਹਨਾਂ ਦੇ ਘਰਾਂ ਦੇ ਜਿਹੜੇ ਚੁੱਲ੍ਹੇ ਨੇ ਉਹਨਾਂ 'ਤੇ ਸਿੱਧੀ ਲੱਤ ਮਾਰਨੀ ਕਿ ਤੁਸੀਂ 10,300 'ਤੇ ਆ ਜਾਓ ਜਿਹੜੇ ਬੰਦੇ 10-10 ਸਾਲ ਤੋਂ ਕੰਮ ਕਰ ਰਹੇ ਸੀ ਔਰ ਜਿਨ੍ਹਾਂ ਲੋਕਾਂ ਨੇ ਆਪਣੇ ਸਕੂਲ ਜੀ ਜਾਨ ਨਾਲ ਵਧੀਆ ਬਣਾਏ ਸੀਗੇ ਅਧਿਆਪਕ ਦੀ ਬਦਲੀ ਕਦੇ ਸਿਆਸੀ ਤੌਰ 'ਤੇ ਨਹੀਂ ਹੋਇਆ ਕਰਦੀ ਸੀਗੀ ਕੋਈ ਸਿਆਸੀ ਲੀਡਰ ਅਧਿਆਪਕ ਨੂੰ ਬਦਲ ਦਿੰਦਾ ਸੀਗਾ ਔਰ ਉਹਨਾਂ ਦੀ ਜਿਹੜੀ ਕਠਪੁਤਲੀ ਹੈ ਉਹ ਸਿਆਸੀ ਹੱਥਾਂ ਦੇ ਵਿੱਚ ਫੜਾ ਦੇਣੀ ਕਿ 17 ਸਾਲਾਂ ਬਾਅਦ ਅਧਿਆਪਕ ਨੂੰ ਜਿੱਥੇ ਜੀ ਕਰੇਗਾ ਅਸੀਂ ਸੁੱਟ ਦਿਆਂਗੇ ਅਤੇ ਜਿਹਨੂੰ ਰੱਖਣਾ ਅਸੀਂ ਰੱਖ ਲਵਾਂਗੇ ਔਰ ਜਿਹੜੇ ਲੋਕ 10-10 ਸਾਲਾਂ ਤੋਂ 5,000 'ਤੇ ਸਿੱਖਿਆ ਪ੍ਰੋਵਾਈਡਰ AGS AIS TR ਕੰਮ ਕਰ ਰਹੇ ਸੀਗੇ ਔਰ ਉਹਨਾਂ ਲੋਕਾਂ ਨੂੰ ਕਹਿਣਾ ਕਿ ਆਪਣੇ ਆਪਣੇ ਸਕੂਲ ਛੱਡ ਕੇ ਭੱਜ ਜਾਓ ਅਸੀਂ ਤਾਂ ਤੁਹਾਨੂੰ ਪੱਕਿਆਂ ਨਹੀਂ ਕਰ ਸਕਦੇ ਤੁਹਾਡੀਆਂ ਬੈਕਡੋਰ ਐਂਟਰੀਆਂ ਨੇ ਇੱਦਾਂ ਦੇ ਜਿਹੜੇ ਫਰਮਾਨ ਨੇ ਸਿੱਖਿਆ ਵਿਭਾਗ ਲੈ ਕੇ ਆ ਰਿਹਾ ਔਰ ਪੰਜਾਬ ਦਾ ਜਿਹੜਾ ਅਧਿਆਪਕ ਵਰਗ ਹੈ ਬੜਾ ਚਿਰ ਇਹਨੇ ਦੇਖ ਲਿਆ ਬੜਾ ਚਿਰ ਕੱਟ ਲਿਆ ਵੱਖ ਵੱਖ ਜਥੇਬੰਦੀਆਂ ਦੇ ਰੂਪ 'ਚ ਆ ਹੁਣ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਜਿਹਦੇ ਵਿੱਚ ਕੰਮ ਕਰਦੀਆਂ ਪੰਜਾਬ ਦੀਆਂ ਲੜਾਕੂ ਜਥੇਬੰਦੀਆਂ ਪੰਨੂ ਸਾਹਿਬ ਖੜੇ ਨੇ ਪ੍ਰਗਤਜੀਤ ਜੀ ਖੜੇ ਨੇ ਹੋਰ ਵੀ ਸਾਥੀ ਜਿਹੜੇ ਸਾਰੇ ਲੀਡਰ ਸਾਹਿਬਾਨ ਖੜੇ ਨੇ ਜਿਨ੍ਹਾਂ ਨੇ ਤਹੱਈਆ ਕਰ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਤੂੰ ਇਹ ਗੰਦੀਆਂ ਨੀਤੀਆਂ ਪੰਜਾਬ ਦੇ ਵਿੱਚ ਲੈ ਕੇ ਆਇਆ ਇੱਕ ਸਾਲ ਦੇ ਵਿੱਚ ਜਿਹੜਾ ਜਿਹੜੀ ਤੇਰੀ ਸਕਾਲ ਹੈ ਉਹ ਸਿੱਧੇ ਰੂਪ 'ਚ ਫੇਲ ਹੋਈ ਹੈ ਔਰ ਤੇਰੇ ਵੱਲੋਂ ਉੱਥੇ ਪਟਾਇਆ ਗਿਆ IAS ਕਿਸ਼ਨ ਕੁਮਾਰ ਜਿਹੜਾ ਪੰਜਾਬ ਦੇ ਅਧਿਆਪਕਾਂ ਦੇ ਨਾਲ ਧਰੋਹ ਕਮਾ ਰਿਹਾ ਹੈ ਜੇਕਰ ਅੱਜ ਅਸੀਂ 3-3 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਸਾਡਾ ਰਾਜਪਾਲ ਉਹ ਕਿਤੇ ਮੰਗ ਕਰਦਾ ਕਿ ਮੈਨੂੰ ਤਨਖਾਹ ਦੇ ਦਿਓ 3 ਮਹੀਨੇ ਹੋ ਗਏ ਮੇਰਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਕਿ ਉਹਨੂੰ ਕੋਈ ਕਾਰਨ ਦੱਸੋ ਨੋਟਿਸ ਨਹੀਂ ਕਿ ਸਿੱਧਾ ਉਹਦਾ ਜਿਹੜਾ ਮੁਅਤਲੀ ਦਾ ਜਿਹੜਾ ਆਰਡਰ ਹੈ ਉਹ ਭੇਜ ਦਿੱਤਾ ਜਾਂਦਾ ਕਿ ਤੈਨੂੰ ਸਸਪੈਂਡ ਕਰਦੇ ਆ ਇੱਥੇ ਤਾਲਿਬਾਨ ਨਹੀਂ ਹੈਗਾ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸ਼ਨ ਕੁਮਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਰਾਜ ਹੈ ਔਰ ਪੰਜਾਬ ਦੇ ਜਿਹੜੇ ਜੰਝਾਰੂ ਲੋਕ ਨੇ ਉਹ ਤੇਰੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਨੱਥ ਪਾਉਂਦੇ ਆਏ ਆ ਔਰ ਅੱਜ ਪੂਰਾ ਪੰਜਾਬ ਮੁਕਤਸਰ ਸਾਹਿਬ ਦੀ ਜਿਹੜੀ ਇਤਿਹਾਸਿਕ ਧਰਤੀ ਹੈ ਉੱਥੇ ਇਕੱਠਾ ਹੋ ਗਿਆ ਇਹਨਾਂ ਨੇ ਇੱਕ ਰਾਜਪਾਲ BMT ਸਸਪੈਂਡ ਕੀਤਾ ਸੀਗਾ ਅੱਜ ਹਜ਼ਾਰਾਂ ਰਾਜਪਾਲ ਇੱਥੇ ਇਕੱਠੇ ਹੋਏ ਨੇ ਸਾਰੇ BMT CMT ਅੱਜ ਕੋਆਰਡੀਨੇਟਰ ਦੇ ਜਿਹੜੇ ਨੇ ਉਹ ਅਸਤੀਫੇ ਦੇ ਗਏ ਨੇ ਔਰ ਮੁਕਤਸਰ ਤੋਂ ਸ਼ੁਰੂਆਤ ਹੋ ਗਈ ਹੈ ਔਰ 21 ਤਰੀਕ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਜਿੰਨੇ CMT BMT ਕੋਆਰਡੀਨੇਟਰ ਨੇ ਉਹ ਆਪਣੇ ਰਿਜ਼ਾਈਨ ਕਰਨ ਜਾ ਰਹੇ ਆ ਇਹਦਾ ਅਸੀਂ ਪੜੋ ਪੰਜਾਬ ਜੋ ਇਹਦੇ ਵਿਭਾਗ ਦੇ ਵਾਧੂ ਪ੍ਰੋਜੈਕਟ ਨੇ ਉਹਨਾਂ ਦਾ ਠੋਕ ਕੇ ਬਾਈਕਾਟ ਕਰਨ ਜਾ ਰਹੇ ਹਾਂ ਕੋਈ ਡਾਗ ਨਹੀਂ ਦੇਣੀ ਕੋਈ ਕੁਝ ਨਹੀਂ ਦੇਣਾ ਅਸੀਂ ਸਿਲੇਬਸ ਦੇ ਅਨੁਸਾਰ ਸਿਰਫ ਬੱਚੇ ਪੜਾਵਾਂਗੇ ਜਿਹੜਾ ਸਾਡਾ ਕੰਮ ਹੈ ਮੈਂ ਸਰਕਾਰ ਦੀ ਨਾਦਰਸ਼ਾਹੀ ਫਰਮਾਨ ਕਰਕੇ ਮੈਂ ਆਪਣੇ ਜਿਹੜੇ ਡੈਪੂਟੀ ਪੋਸਟ BMT ਤੋਂ ਰਿਜ਼ਾਈਨ ਦਿੰਦਾ ਹੈ ਔਰ ਮੈਂ ਆਪਣੀ ਹਾਜ਼ਰੀ ਸਕੂਲ ਐਲਾਨ ਕਰਦਾ BMT ਗੁਰਚਰਨ ਸਿੰਘ ਬਲਾਕ ਮੁਕਤਸਰ ਵਾਲ ਸ੍ਰੀ ਮੁਕਤਸਰ ਸਾਹਿਬ ਮੈਂ ਵੀ ਇਸ ਪ੍ਰੋਜੈਕਟ ਤੋਂ ਡਿਜ਼ਾਈਨ ਕਰਦਾ ਬਲਾਕ ਮੁਕਤਸਰ 2 ਤੋਂ ਅੱਜ ਤੋਂ ਹੀ ਅਸੀਂ ਇਸ ਜੋ ਸਾਡੇ ਵੀਰ ਰਾਜਪਾਲ ਹੋਈ ਹੈ ਉਸਦੇ ਸੰਬੰਧ 'ਚ ਅਸੀਂ ਸਮੁੱਚੀ ਟੀਮ ਸਾਡੇ ਵੱਲੋਂ ਪ੍ਰਜੈਂਟ ਕੀਤਾ ਮੈਂ ਗੁਰਜੀਤ ਸਿੰਘ BMT ਗਿੱਦੜਵਾ ਢੋਦੋਦਾ ਤੋਂ ਆਪਣੇ ਰਾਜਪਾਲ ਸਾਥੀ ਨਾਲ ਜੋ ਧੱਕੇਸ਼ਾਹੀ ਹੋਏ ਸੰਬੰਧ ਦੇ ਵਿੱਚ ਆਪਣੇ ਪ੍ਰੋਜੈਕਟ ਤੋਂ ਰਿਜ਼ਾਈਨ ਕਰਦਾ ਕੱਲ੍ਹ ਤੋਂ ਸਕੂਲ ਸਾਰੇ ਮੈਂ ਗੁਰਵਿੰਦਰ ਸਿੰਘ BMT ਗਿੱਦੜਵਾ ਮੈਂ ਇਸ ਪ੍ਰੋਜੈਕਟ ਤੋਂ ਰਿਜ਼ਾਈਨ ਦਿੰਦਾ ਇਸ ਪ੍ਰੋਜੈਕਟ ਤੋਂ ਥੋੜ੍ਹਾ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਜੋ ਸਾਡੇ ਸਾਥੀ ਰਾਜਪਾਲ ਸਿੰਘ ਨੂੰ ਥੋੜੀ ਗੱਲ ਤੇ 3 ਮਹੀਨੇ ਪਿੱਛੇ ਬੋਲਣ ਤੇ ਉਹਨਾਂ ਨੂੰ ਨਾਮ ਨਾਲ ਸਸਪੈਂਡ ਕੀਤਾ ਗਿਆ ਅਸੀਂ ਉਹਦੇ ਪ੍ਰੋਜੈਕਟ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਜੋ ਸਾਡੇ ਅਧਿਆਪਕ ਸਾਥੀਆਂ ਵਾਸਤੇ ਸਾਡੇ ਬੱਚਿਆਂ ਵਾਸਤੇ ਲਾਹੇਵੰਦ ਹੈ ਬਹੁਤ ਬਹੁਤ ਧੰਨਵਾਦ
ਸਾਡੀ ਸਮੁੱਚੇ ਬੀਐਮਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੋਲ ਚੁੱਕੇ ਆ, ਸਾਰੇ ਖੜੇ ਆ, ਨਾਲ ਉਹਨਾਂ ਦੇ ਸੀਐਮਟੀ ਖੜੇ ਆ, ਕੱਲ ਤੋਂ ਸਾਰੇ ਆ ਜਾਓ, ਸਕੂਲਾਂ ਚ ਹਾਜ਼ਰ ਹੋਣਗੇ। ਰਾਜਪਾਲ